ਕਰਨ ਔਜਲਾ ਜਲਦੀ ਹੀ ਕਰਨਗੇ ਇੱਕ ਵੱਡੀ ਕੋਲਾਬੋਰੇਸ਼ਨ ਹਾਲੀ ਦੇ ਵਿੱਚ ਕਰਨ ਔਜਲਾ ਦੀ ਬਾਰੇ ਇੱਕ ਅਪਡੇਟ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਅਪਡੇਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਕਰਨ ਔਜਲਾ ਜਲਦੀ ਹੀ ਇੱਕ ਵੱਡੀ ਕੋਲਾਬੋਰੇਸ਼ਨ ਕਰਨ ਜਾ ਰਹੇ ਨੇ ਇੱਕ ਵੱਡੇ ਆਰਟਿਸਟ ਦੇ ਨਾਲ ਹਾਲੀ ਦੇ ਵਿੱਚ ਇਸ ਬਾਰੇ ਇਨਫੋਰਮੇਸ਼ਨ ਸਾਹਮਣੇ ਆਈ ਹੈ ਕਰਨ ਔਜਲਾ ਜਿਨ੍ਹਾਂ ਨੇ ਹਾਲੀ ਦੇ ਵਿੱਚ ਆਪਣੀ ਐਲਬਮ ਮੇਕਿੰਗ ਮੈਮਰੀਜ਼ ਵੀ ਅਨਾਉਂਸ ਕੀਤੀ ਹੈ ਇਸ ਐਲਬਮ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਹਾਈਪ ਬਣੀ ਹੋਈ ਹੈ ਤੇ ਹੁਣ ਇਹ ਸਾਹਮਣੇ ਆਇਆ ਹੈ ਕਿ ਕਰਨ ਔਜਲਾ ਜਲਦੀ ਇੱਕ ਵੱਡੀ ਕੋਲਾਬੋਰੇਸ਼ਨ ਕਰਨ ਜਾ ਰਹੇ ਨੇ ਬਲੋਦ ਕਰਨ ਜਾ ਰਹੇ ਨੇ 3 ਟਾਈਮ ਜੂਨੋ ਅਵਾਰਡ ਵਿਨਰ ਕੈਨੇਡੀਅਨ ਆਰਟਿਸਟ ਦੇ ਨਾਲ ਜਿਸ ਦਾ ਨਾਮ ਹੈ ਪ੍ਰੈਸਟਨ ਪਾਬਲੋ ਪ੍ਰੈਸਟਨ ਪਾਬਲੋ ਦੇ ਨਾਲ ਕਰਨ ਔਜਲਾ ਦੀ ਇੱਕ ਕੋਲਾਬੋਰੇਸ਼ਨ ਹੋਣ ਵਾਲੀ ਹੈ ਜਿਨ੍ਹਾਂ ਨੇ ਜੂਨੋ ਅਵਾਰਡ ਕੈਨੇਡੀਅਨ ਆਰਟਿਸਟ ਦੇ ਵਜੋਂ ਤਿੰਨ ਵਾਰੀ ਆਪਣੇ ਨਾਮ ਕੀਤਾ ਹੈ ਸੋ ਇਹ ਕਾਫੀ ਵੱਡਾ ਅਵਾਰਡ ਹੁੰਦਾ ਹੈ ਜਿਸ ਅਵਾਰਡ ਨੂੰ ਆਪਣੇ ਨਾਮ ਤਿੰਨ ਵਾਰ ਕਰ ਚੁੱਕੇ ਨੇ ਪ੍ਰੈਸਟਨ ਪਾਬਲੋ ਕਰਨ ਔਜਲਾ ਦੇ ਨਾਲ ਹੁਣ ਜਲਦੀ ਹੀ ਇਹ ਕੋਲਾਬੋਰੇਸ਼ਨ ਕਰਨ ਜਾ ਰਹੇ ਨੇ ਦੱਸਦੀ ਹੈ ਕਿ ਇਹ ਕੋਲਾਬੋਰੇਸ਼ਨ ਕਿਸੇ ਹੋਰ ਐਲਬਮ 'ਚ ਨਹੀਂ ਬਲਕਿ ਮੇਕਿੰਗ ਮੈਮਰੀਜ਼ ਚੋਂ ਹੀ ਹੋਣ ਵਾਲੀ ਹੈ ਮੇਕਿੰਗ ਮੈਮਰੀਜ਼ ਜਿਸ ਦੀ ਟਰੈਕ ਲਿਸਟ ਹਾਲੀ ਦੇ ਵਿੱਚ ਸਾਡੇ ਸਾਹਮਣੇ ਆਈ ਹੈ ਤੇ ਇਸ ਦੇ ਵਿੱਚ 9 ਗਾਣੇ ਹੋਣ ਵਾਲੇ ਨੇ ਜਲਦੀ ਹੀ ਐਲਬਮ ਰਿਲੀਜ਼ ਹੋਵੇਗੀ ਤੇ ਦੱਸਦੀ ਹੈ ਕਿ ਇਸ ਦਾ ਗੀਤ ਐਡਮਾਇਰਿੰਗ ਯੂ ਜਲਦੀ ਹੀ ਰਿਲੀਜ਼ ਹੋ ਜਾਵੇਗਾ ਪੂਰੀ ਐਲਬਮ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਇਸ ਗੀਤ ਦੀ ਆਡੀਓ ਤੇ ਵੀਡੀਓ ਰਿਲੀਜ਼ ਹੋ ਜਾਣੀ ਹੈ ਇਸ ਗੀਤ ਦਾ ਨਾਮ ਹੈ ਐਡਮਾਇਰਿੰਗ ਯੂ ਇਸ ਗੀਤ ਦੇ ਵਿੱਚ ਕਰਨ ਔਜਲਾ ਨੇ ਕੋਲਾਬੋਰੇਸ਼ਨ ਕੀਤੀ ਹੈ ਪ੍ਰੈਸਟਨ ਪਾਬਲੋ ਦੇ ਨਾਲ ਯਾਨੀ ਕਿ ਕਰਨ ਔਜਲਾ ਤੇ ਪ੍ਰੈਸਟਨ ਪਾਬਲੋ ਦੀ ਕੋਲਾਬੋਰੇਸ਼ਨ ਅਸੀਂ ਐਡਮਾਇਰਿੰਗ ਯੂ ਗੀਤ ਦੇ ਵਿੱਚ ਵੇਖਾਂਗੇ ਤੇ ਦੱਸਦੀ ਹੈ ਕਿ ਇਸ ਗੀਤ ਨੇ 4 ਅਗਸਤ ਨੂੰ ਰਿਲੀਜ਼ ਹੋ ਜਾਣਾ ਹੈ ਯਾਨੀ ਕਿ ਐਲਬਮ ਰਿਲੀਜ਼ ਤੋਂ ਪਹਿਲਾਂ ਰਿਲੀਜ਼ ਹੋ ਜਾਵੇਗਾ ਇਹ ਗੀਤ ਤੇ ਇਸ ਦੀ ਵੀਡੀਓ ਵੀ 4 ਅਗਸਤ ਨੂੰ ਅਸੀਂ ਦੇਖ ਸਕਦੇ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਕਰਨ ਔਜਲਾ ਨੇ ਇਨਫੋਰਮੇਸ਼ਨ ਆਪਣੇ ਫੈਨਸ ਨੂੰ ਦਿੱਤੀ ਸੀ ਤੇ ਉਤੇ ਹੀ ਜੇਕਰ ਮੇਕਿੰਗ ਮੈਮਰੀਜ਼ ਦੀ ਟਰੈਕਲਿਸਟ ਦੀ ਗੱਲ ਕਰੀਏ ਜੋ ਕਿ ਹੁਣ ਸਾਡੇ ਸਾਹਮਣੇ ਆ ਚੁੱਕੀ ਹੈ ਤੇ ਇਹ ਟਰੈਕਲਿਸਟ ਹੈ ਗਰਲ ਆਈ ਲਵ ਯੂ ਦੂਸਰਾ ਸੌਂਗ ਹੈ ਵਾਟ ਤੀਸਰਾ ਐਡਮਾਇਰਿੰਗ ਯੂ ਚੌਥਾ ਗੀਤ ਹੈ ਜੀ ਨਹੀਂ ਲੱਗਦਾ ਪੰਜਵਾਂ ਹੈ ਟ੍ਰਾਈ ਮੀ ਛੇਵਾਂ ਗੀਤ ਹੈ ਚੈਂਪੀਅਨਸ ਐਂਥਮ ਸੱਤਵਾਂ ਹੈ ਸੌਫ ਲੀ ਅਠਵਾਂ ਗੀਤ ਹੈ ਯੂ ਤੇ ਨੌਵਾਂ ਗੀਤ ਹੈ ਬਚ ਕੇ ਬਚ ਕੇ ਸੋਨ ਦੇਖਦੇ ਹਾਂ ਕਿ ਦਰਸ਼ਕਾਂ ਨੂੰ ਇੱਕ ਕਲੈਬੋਰੇਸ਼ਨ ਕਿੰਨਾ ਕ ਇਮਪ੍ਰੈਸ ਕਰਦੀ ਹੈ ਫਿਲਹਾਲ ਕਰਨ ਔਜਲਾ ਦੀ ਮੇਕਿੰਗ ਮੈਮਰੀਜ਼ ਐਲਬਮ ਲਈ ਕਾਫੀ ਜ਼ਿਆਦਾ ਹਾਈਪ ਬਣੀ ਹੋਈ ਹੈ ਕਰਨ ਔਜਲਾ ਨੇ ਇਸ ਐਲਬਮ ਦੀ ਪ੍ਰੋਮੋਸ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕੀਤੀ ਹੋਈ ਹੈ ਤੇ ਕਰਨ ਔਜਲਾ ਨੇ ਇਸ ਐਲਬਮ ਤੇ ਕਾਫੀ ਜ਼ਿਆਦਾ ਮਿਹਨਤ ਵੀ ਕੀਤੀ ਹੈ ਕਾਫੀ ਲੰਬੇ ਸਮੇਂ ਤੋਂ ਇਸ ਐਲਬਮ ਤੇ ਵਰਕ ਕਰ ਰਹੀ ਸੀ ਤੇ ਫਾਈਨਲੀ 18 ਅਗਸਤ ਨੂੰ ਮੇਕਿੰਗ ਮੈਮਰੀਜ਼ ਐਲਬਮ ਸਾਡੇ ਸਭ ਦੇ ਸਾਹਮਣੇ ਹੋਵੇਗੀ ਸੋ ਕਰਨ ਔਜਲਾ ਦੀ ਇਸ ਐਲਬਮ ਕਿੰਨੇ ਐਕਸਾਈਟਡ ਹੋ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਉਹਨਾਂ ਦੀ ਕੋਲਾਬੋਰੇਸ਼ਨ ਹੈ ਜਿਹੜੀ ਪ੍ਰੈਜ਼ੀਡੈਂਟ ਪਾਬਲੋ ਦੇ ਨਾਲ ਉਹਦੇ ਲਈ ਕਿੰਨੇ ਐਕਸਾਈਟਡ ਹੋ ਇਹ ਵੀ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ ਤੇ ਪੋਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੀਸੀ ਚੈਨਲ ਦੇ ਨਾਲ ਧੰਨਵਾਦ